ਜਿਹੜੇ ਸਾਡੇ ਦੋਵੇਂ ਮੈਡੀਕਲ ਕਾਲਜ, ਅੰਮ੍ਰਿਤਸਰ ਦਾ ਕਿਉਂਕਿ ਸਭ ਤੋਂ ਪੁਰਾਣਾ ਕਾਲਜ ਹੈ ਸਾਡਾ, ਔਰ ਪਟਿਆਲੇ ਦਾ ਮੈਡੀਕਲ ਕਾਲਜ, ਸਾਡੇ ਜਿਹੜੇ ਹੋਸਪਿਟਲ ਨੇ, ਇਹਨਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਕਰਵਾਈ ਹੈ। ਸੋ ਕਾਫੀ ਮੁਸ਼ਕਲਾਂ ਸਨ, ਅੱਜ ਦੀ ਮੀਟਿੰਗ 'ਚ ਅਸੀਂ ਡਿਸਕਸ ਕੀਤੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ। ਸਾਰੇ ਹੈੱਡ ਬੁਲਾਏ ਸੀ, ਮੈਡਮ ਪ੍ਰਿੰਸੀਪਲ, ਸਾਡੇ DRME ਪੰਜਾਬ ਸਰਕਾਰ ਦੇ। ਸੋ ਸਾਰੀਆਂ ਅਸੀਂ ਜਿੰਨੀਆਂ ਵੀ ਮੁਸ਼ਕਲਾਂ ਨੇ ਡਿਸਕਸ ਕੀਤੀਆਂ, ਜਿਹਦਾ ਜਲਦੀ ਹੱਲ ਜਿਹੜਾ, ਜਿਹੜੀਆਂ ਸਾਡੀਆਂ ਵੇਕੈਂਟ ਪੋਸਟਾਂ ਨੇ, ਬਿਲਡਿੰਗ ਦੀ ਜਿਹੜੀ ਕੋਈ ਮੁਸ਼ਕਲ ਹੈ, ਜਿੰਨੀ ਸਾਡੀ ਇੱਥੇ ਮਸ਼ੀਨਰੀ ਆਈ ਹੈ, ਜਿਹੜੀ ਮਸ਼ੀਨਰੀ ਬੰਦ ਪਈ ਚੱਲ ਨਹੀਂ ਰਹੀ, ਅੱਜ ਉਹਦੇ ਬਾਰੇ ਡਿਸਕਸ ਕੀਤਾ। ਮਹੀਨੇ ਦੋ ਮਹੀਨੇ 'ਚ ਜਿਹੜੀਆਂ ਅਸੀਂ ਰਿਪੋਰਟਾਂ ਬਾਹਰੋਂ ਪੇਸ਼ੈਂਟ ਨੂੰ ਟੈਸਟ ਹੁੰਦੇ ਨੇ, ਮਸ਼ੀਨਾਂ ਸਾਡੀਆਂ ਬੰਦ ਨੇ, ਕਾਫੀ ਮਸ਼ੀਨਰੀ ਬੰਦ ਪਈ, ਉਹ ਸਾਰੀ ਚਾਲੂ ਕੀਤੀ ਜਾਏਗੀ ਤਾਂ ਕਿ ਪੇਸ਼ੈਂਟ ਨੂੰ ਬਾਹਰ ਨਾ ਜਾਣਾ ਪਏ। ਸਾਰੇ ਟੈਸਟ ਜਿਹੜੇ ਨੇ ਉਹ ਅੰਦਰੋਂ ਹੀ ਹੋਣ, ਗੈਸ ਜਿਹੜੀ ਆ ਬਾਹਰੋਂ ਮੰਗਾਉਣੀ ਪੈਂਦੀ ਆ। ਜੇ ਸਾਡਾ ਆਪਣਾ ਪਲਾਂਟ ਚੱਲ ਜਾਏ ਬਣਿਆ ਨਹੀਂ, ਸਟਾਰਟ ਹੀ ਨਹੀਂ ਹੋਇਆ, ਅਜੇ ਸਟਾਰਟ ਹੀ ਨਹੀਂ ਹੋਇਆ, ਬਣਿਆ ਹੀ ਨਹੀਂ ਅਜੇ। ਅਸੀਂ ਉਹਦੇ ਬਾਰੇ ਵੀ ਅੱਜ ਸਾਰੀ ਡਿਸਕਸ਼ਨ ਕੀਤੀ ਆ, ਅਸੀਂ ਉਹਦੀ ਇਨਕੁਆਇਰੀ ਮਾਰਕ ਕਰਤੀ ਹੈ, ਡਿਪਾਰਟਮੈਂਟ ਲੈਵਲ 'ਤੇ ਇਨਕੁਆਇਰੀ ਹੋਏਗੀ। ਫਿਲਹਾਲ ਜਿਹੜੇ ਕੋਈ ਪੁਰਾਣੇ ਸਾਡੇ ਉੱਥੇ ਅਫਸਰ ਬੈਠੇ ਨੇ ਉਹਨਾਂ ਦੀ ਉੱਥੋਂ ਟ੍ਰਾਂਸਫਰ ਕਰਨਾ, ਜਿੰਨਾ ਚਿਰ ਇਨਕੁਆਇਰੀ ਨਹੀਂ। ਜੇ ਕੋਈ ਪ੍ਰੂਫ ਹੋਏਗਾ, ਕੋਈ ਦੋਸ਼ੀ ਪਾਇਆ ਜਾਏਗਾ, ਜਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ, ਜਿਹੜੀ ਤੁਸੀਂ ਅਖਬਾਰਾਂ 'ਚ ਦੇ ਰਹੇ ਹੋ, ਜੋ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਉਹ 'ਤੇ ਐਕਸ਼ਨ ਵੀ ਲਿਆ ਜਾਏਗਾ।